ਅੱਜ ਦੇ ਇਸ ਸ਼ਰਧਾਂਜਲੀ ਸਮਾਗਮ ਵਿੱਚ ਪਹੁੰਚੇ ਹੋਏ ਸਾਰੇ ਹੀ ਜੁਝਾਰੂ ਯੋਧਿਆਂ ਅਤੇ ਸਾਡੀਆਂ ਭੈਣਾਂ ਮਾਤਾਵਾਂ ਨੂੰ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਸਾਡੇ ਵੀਰ ਰਾਜਵੀਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਅਤੇ ਜਿਹੜਾ ਅੱਜ ਦਾ ਸਾਡਾ ਇਕੱਠ ਹੈ ਇਹ ਵੀ ਇਸ ਗੱਲ ਨੂੰ ਲੈ ਕੇ ਆ ਵੀ ਇਸ ਤੋਂ ਪਹਿਲਾਂ ਸਾਡੇ ਰਾਜਵੀਰ ਵਰਗੇ ਸਾਡੇ ਵੀਰ ਕਿੰਨੇ ਹੀ ਇਸ ਦੁਨੀਆ ਤੋਂ ਰੁਖਸਤ ਹੋ ਗਏ ਅਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਸਾਡੀਆਂ ਕੀਮਤੀ ਜਾਨਾਂ ਹੈ ਉਹਨਾਂ ਦਾ ਅਸੀਂ ਬਚਾਅ ਕਰ ਸਕੀਏ। ਇਹ ਜਿਹੜਾ ਸਾਡਾ ਅੱਜ ਦਾ ਸ਼ਰਧਾਂਜਲੀ ਸਮਾਗਮ ਹੈ ਅਤੇ ਦੂਜੇ ਪਾਸੇ ਇਸ ਇਕੱਠ ਤੋਂ ਅੱਜ ਜੋ ਸਰਪੰਚ ਸਾਹਿਬ ਨੇ ਕਿਹਾ ਹੈ ਅਤੇ ਅੱਗੇ ਵੀ ਮੰਗ ਹੈ ਜੋ ਸਾਡੇ ਵੀਰ ਨੇ ਚੈਨਲ ਨੂੰ ਜਿਹੜੀ ਆਪਣੀ ਇੰਟਰਵਿਊ ਦਿੱਤੀ ਸੀ ਜਿਹਦੇ ਵਿੱਚ ਉਹਨੇ ਮੰਨਿਆ ਸੀ ਕਿ ਮੇਰੀ ਮੌਤ ਦਾ ਕਾਰਨ ਇਹ ਜਿਹੜੀ ਕੈਮੀਕਲ ਵਾਲੀ ਫੈਕਟਰੀ ਹੈ। ਸੋ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਜਿਹੜਾ ਦੀਪ ਮਲਹੋਤਰਾ ਹੈ ਉਹਦੇ 'ਤੇ ਜਿਹੜਾ ਬਣਦੀ ਕਾਰਵਾਈ ਹੈ ਪਰਚਾ ਦਰਜ ਕੀਤਾ ਜਾਵੇ, ਕਿਉਂ ਕਾਨੂੰਨ ਸਾਰਿਆਂ ਲਈ ਇੱਕ ਹੈ। ਜੇ ਸਾਡੇ ਲੋਕਾਂ ਦੇ ਪਰਚੇ ਹੋ ਸਕਦੇ ਆ ਤੇ ਫਿਰ ਇਹਨਾਂ ਵਾਸਤੇ ਕਿਹੜਾ ਕਾਨੂੰਨ ਕੰਮ ਕਰ ਰਿਹਾ ਹੈ। ਸੋ ਸਾਡੇ ਵੀਰਾਂ ਤੇ ਜਿਹੜੇ ਨਜਾਇਜ਼ ਪਰਚੇ ਕੀਤੇ ਗਏ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕਰ ਦਿੱਤਾ ਗਿਆ ਤੇ ਜਿਹੜਾ ਸਰਕਾਰ ਦਾ ਦੂਰਾ ਚਿਹਰਾ ਹੈ ਉਹ ਸਾਡੇ ਸਾਹਮਣੇ ਜਿਹੜਾ ਉਜਾਗਰ ਹੋ ਰਿਹਾ ਹੈ। ਇੱਕ ਮੈਂ ਗੱਲ ਕਰਦਾ ਜਿਹੜੀ ਪ੍ਰੈਸ ਦੀ ਆਜ਼ਾਦੀ ਤੇ ਜਿਹੜਾ ਭਗਵੰਤ ਮਾਨ ਸਰਕਾਰ ਨੇ ਹਮਲਾ ਕੀਤਾ ਹੈ, ਅਕਾਲ ਚੈਨਲ ਸਾਡੇ ਇਸ ਸੰਘਰਸ਼ ਵਿੱਚ ਪਹਿਲੇ ਦਿਨ ਤੋਂ ਨੇਰ ਸਵੇਰ ਜਦੋਂ ਵੀ ਲੋੜ ਪਈ ਆ ਕੇ ਖੜੇ ਆ। ਇਹਨਾਂ ਜਿਹੜੀ ਇਹਨਾਂ ਨੇ ਕਾਰਵਾਈ ਅਕਾਲ ਚੈਨਲ ਤੇ ਕੀਤੀ ਆ ਉਹਦੀ ਘੋਰ ਨਿੰਦਾ ਕਰਦੇ ਹਾਂ ਤੇ ਮੈਂ ਦੁਬਾਰਾ ਫਿਰ ਜਿਹੜਾ ਸਾਡਾ ਵੀਰ ਰਾਜਵੀਰ ਆ ਉਹਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।